ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਗਰਮੀਆਂ ਦੇ ਦਿਨ ਚੱਲ ਰਹੇ ਆ ਤੇ ਗਰਮੀਆਂ ਦੇ ਵਿੱਚ ਆਪਣਾ ਠੰਡੀਆਂ ਚੀਜ਼ਾਂ ਖਾਣ ਨੂੰ ਹੀ ਜ਼ਿਆਦਾਤਰ ਦਿਲ ਕਰਦਾ ਜਾਂ ਪੀਣ ਨੂੰ। ਤੇ ਵੈਸੇ ਅਸੀਂ ਤਾਂ ਪਕੌੜੇ ਪਕੂੜੇ ਵੀ ਖਾ ਲੈਂਦੇ ਹੈਗੇ। ਕਈ ਵਾਰ ਮਨਰਾਜ ਹੋਣੀ ਕਹਿ ਦਿੰਦੇ ਆ ਵੀ ਗਰਮ ਚੀਜ਼, ਮਤਲਬ ਜਿਵੇਂ ਕਿ ਪਕੌੜਿਆਂ ਦੀ ਜ਼ਿਆਦਾ ਡਿਮਾਂਡ ਹੁੰਦੀ ਹੈ, ਅਸੀਂ ਬਣਾ ਲੈਂਦੇ ਹਾਂ। ਤੇ ਅੱਜ ਅਸੀਂ ਸੋਚਿਆ ਕਿ ਆਪਾਂ ਫਲੂਦਾ ਆਈਸ ਕ੍ਰੀਮ ਬਣਾਉਂਦੇ ਹੈਗੇ। ਵੈਸੇ ਤਾਂ ਪਹਿਲਾਂ ਜ਼ਿਆਦਾਤਰ ਰੂਹ ਅਫਜ਼ਾ ਵਗੈਰਾ ਪੀਂਦੇ ਰਹਿੰਦੇ ਹਾਂ, ਤੇ ਅੱਜ ਆਪਾਂ ਬਣਾਵਾਂਗੇ ਫਲੂਦਾ ਆਈਸ ਕ੍ਰੀਮ। ਤੇ ਫਲੂਦਾ ਆਈਸ ਕ੍ਰੀਮ ਦੀ ਰੈਸਪੀ ਅੱਜ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਰੈਸਪੀ ਹੈ ਜਿਹੜੀ ਸਾਡੀ ਜਮਾ ਹੀ ਬਿਲਕੁਲ ਹੀ ਸੌਖੀ ਹੈ, ਕਿਉਂਕਿ ਅਸੀਂ ਬਣਿਆ ਬਣਾਇਆ ਜਿਹੜਾ ਫਲੂਦਾ ਦਾ ਪੈਕੇਟ ਜਿਹਾ ਹੁੰਦਾ ਉਹ ਲੈ ਕੇ ਆਉਂਦਾ, ਤੇ ਉਹਦੇ ਥਰੂ ਆਪਾਂ ਜਿਹੜੀ ਅੱਜ ਵਾਲੀ ਆਪਾਂ ਨੇ ਰੈਸਪੀ ਬਣਾਉਣੀ ਹੈਗੀ। ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ। ਤੇ ਆਹ ਵਾਲਾ ਪੈਕੇਟ ਸੀਗਾ, ਤੇ ਇਹਦੇ ਵਿੱਚ ਆਹ ਸਾਰਾ ਮਿਕਸ ਹੀ ਹੋਇਆ ਆਇਆ, ਇਹਦੇ ਵਿੱਚ ਜਿੱਦਾਂ ਕਸਟਰਡ ਹੁੰਦਾ ਪੂਰਾ ਫਲੇਵਰ ਵੀ ਐਡ ਕੀਤਾ ਹੋਇਆ ਵਾ। ਤੇ ਆਹ ਤੁਸੀਂ ਦੇਖ ਰਹੇ ਹੋ ਜਿਵੇਂ ਫਲੂਦਾ ਵਾ, ਤੇ ਸੇਮੀਆਂ ਹੀ ਹੁੰਦੀਆਂ ਨੇ ਨਾ। ਹਾਂਜੀ, ਤੇ ਦਾਖਾਂ ਵੀ ਹੈਗੀਆਂ ਨੇ ਵਿੱਚ, ਸਬਜ਼ਾ ਸੀਡਸ ਵੀ ਇਹਦੇ ਵਿੱਚ ਹੀ ਆ, ਮਿੱਠਾ ਵੀ ਹੈਗਾ ਨਾ। ਹਾਂਜੀ, ਸੋ ਕੁਛ ਵੀ ਨਹੀਂ ਕਰਨਾ, ਬਸ ਆਪਾਂ ਦੁੱਧ ਲਿਆ ਵਾ ਤੇ ਆਹ ਇੱਕ ਪੈਕੇਟ ਵਾਲਾ ਲਿਆ ਸੀ ਮਟੀਰੀਅਲ, ਇਹਨੂੰ ਦੁੱਧ ਦੇ ਵਿੱਚ ਆਪਾਂ ਐਡ ਕਰਕੇ ਇਹਨੂੰ ਬਸ ਉਬਾਲ ਕੇ ਠੰਡਾ ਕਰਕੇ ਇਹਨੂੰ ਪੀ ਲੈਣਾ ਤੇ ਆਈਸ ਕ੍ਰੀਮ ਐਡ ਕਰਨੀ। ਤੇ ਵੈਸੇ ਜਿਹੜਾ ਮਟੀਰੀਅਲ ਆਪਾਂ ਲੈ ਕੇ ਆਉਂਦਾ ਸੀ ਉਹਦੇ ਉੱਪਰ ਹੀ ਲਿਖਿਆ ਹੋਇਆ ਸੀਗਾ, ਇਹਦੇ ਵਿੱਚ ਆਪਾਂ ਨੇ ਕਰਨਾ ਗਾ 1 ਲੀਟਰ ਦੁੱਧ ਐਡ, 200 ml ਪਾਣੀ ਐਡ ਕਰਾਂਗੇ। ਇਹ ਸਾਡਾ ਦਹੀਂ ਵਾਲਾ ਕੱਪ ਆ ਸੀ, ਪਤਾ ਨਹੀਂ ਕਾਹਦੇ ਵਾਲਾ, ਇਹ ਪੂਰਾ 200 ਗ੍ਰਾਮ ਦਾ ਇਹ ਦਹੀਂ ਵਾਲਾ ਸੀਗਾ ਕੱਪ ਜਾਂ ਗਲਾਸ ਜਾਂ ਜੋ ਵੀ ਸੀਗਾ, ਇਹਦੇ ਨਾਲ ਆਪਾਂ ਮਿਲ ਲਿਆ। ਸੋ ਗ੍ਰਾਮ ਤੇ ਐਮਐਲ ਦੇ ਵਿੱਚ ਥੋੜਾ ਜਿਹਾ ਫਰਕ ਹੁੰਦਾ, ਬਟ ਇੰਨਾ ਤਾਂ ਹੁਣ ਚੱਲਦਾ ਹੀ ਆ। ਤੇ ਹੁਣ ਆਪਾਂ ਇਹਨੂੰ ਬੋਇਲ ਕਰਨਾ ਪੂਰਾ ਹਨਾ। ਹਾਂਜੀ, ਹੁਣ ਇਹਨੂੰ ਹੀ ਵੇਟ ਕਰੋ, ਇਹਨੂੰ ਹੁੰਦਾ ਉਬਾਲਾ, ਉਹ ਤੋਂ ਬਾਅਦ ਆਪਾਂ ਫਿਰ ਅਗਲਾ ਕੰਮ ਕਰਦੇ ਹਾਂ। ਆਹ ਦੇਖੋ ਜੀ, ਦੁੱਧ ਨੂੰ ਉਬਾਲਾ ਆ ਗਿਆ ਗਾ, ਤੇ ਆਪਾਂ ਇਹਨੂੰ ਇੱਕ ਉਬਾਲਾ ਦੇ ਕੇ ਉਦੋਂ ਬਾਅਦ ਦੇ ਵਿੱਚ ਆਪਾਂ ਇਹ ਸਾਰਾ ਮਟੀਰੀਅਲ ਇਹਦੇ ਵਿੱਚ ਐਡ ਕਰ ਦਿੰਦੇ ਹਾਂ। ਪਿੰਕ ਪਿੰਕ ਕਲਰ ਸੀ ਇਹਨੇ, ਇਹਨੂੰ ਵੀ ਪਿੰਕ ਕਰਤਾ। ਬਾਕੀ ਇਹਦੇ ਵਿੱਚ ਕੁਛ ਵੀ ਐਡ ਨਹੀਂ ਕਰਨਾ, ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀਗਾ। ਬਸ ਹੁਣ ਆਪਾਂ ਨੇ ਇਹਨੂੰ 10 ਜਾਂ 15 ਮਿੰਟ ਤੱਕ ਉਬਾਲਣਾ ਗਾ, ਰਿੰਨਣਾ ਮਤਲਬ ਕਿ ਵੀ ਜਦੋਂ ਤੱਕ ਥੋੜਾ ਗਾੜਾ ਜਿਹਾ ਨਹੀਂ ਹੋ ਜਾਂਦਾ, ਕ੍ਰੀਮੀ ਜਿਹਾ ਨਹੀਂ ਹੋ ਜਾਂਦਾ। ਹਾਂਜੀ, ਆਪਣਾ ਫਲੂਦਾ ਸੀਗਾ ਜੀ ਜਿਹੜਾ ਤਿਆਰ ਹੋ ਗਿਆ। ਜਦੋਂ ਆਪਾਂ ਮਿਕਸਰ ਜਿਹਾ ਦੁੱਧ 'ਚ ਪਾਇਆ ਸੀ ਉਦੋਂ ਦੁੱਧ ਕਾਫੀ ਪਤਲਾ ਲੱਗ ਰਿਹਾ ਸੀਗਾ, ਹੁਣ ਪਹਿਲਾਂ ਨਾਲੋਂ ਕਾਫੀ ਸੰਘਣਾ ਹੋ ਗਿਆ ਗਾ। ਤੇ ਇਹਦੇ ਇੱਕ ਪੈਕੇਟ ਦੇ ਲਗਭਗ ਜਿਹੜੇ 6 ਗਲਾਸ ਬਣਦੇ ਆ ਇਹ। ਤੇ ਇੱਕ ਗੱਲ ਹੋਰ ਕਰਨੀ ਸੀ ਜੀ ਤੁਹਾਡੇ ਨਾਲ, ਕਾਫੀ ਜਾਣੇ ਜਿਹੜੇ ਸਾਡੇ ਸਬਸਕ੍ਰਾਈਬਰਸ ਆ ਤੇ ਉਹ ਪੁੱਛਦੇ ਰਹਿੰਦੇ ਆ ਵੀ ਮੈਕ ਹੁਣ ਵੀਡੀਓ ਦੇ ਵਿੱਚ ਕਿਉਂ ਘੱਟ ਆਉਂਦੀ ਹੈ, ਮੈਂ ਵੀ ਵੀਡੀਓ ਦੇ ਵਿੱਚ ਦਿਖਦੀ ਨਹੀਂ ਹੈਗੀ। ਉਹਦਾ ਰੀਜ਼ਨ ਇਹ ਹੈਗਾ ਜੀ ਕਿ ਮੈਂ ਵੀਡੀਓ ਬਣਾਉਣੀ ਹੁੰਦੀ ਹੈ, ਜ਼ਿਆਦਾਤਰ ਜਦੋਂ ਅਸੀਂ ਵੀਡੀਓ ਬਣਾਉਣੀ ਹੁੰਦੀ ਹੈ ਮੈਂ ਤੇ ਮੰਮੀ ਉਦੋਂ ਸਿੰਘ ਸਾਹਿਬ ਹੋਣੀ ਖੇਡਦੇ ਹੁੰਦੇ ਆ ਤੇ ਕੈਮਰਾ ਮੈਂ ਫੜਿਆ ਹੁੰਦਾ, ਇਸ ਕਰਕੇ ਮੈਂ ਵੀਡੀਓ ਦੇ ਵਿੱਚ ਨਹੀਂ ਆਉਂਦੀ ਹੈਗੀ, ਹੋਰ ਕੋਈ ਰੀਜ਼ਨ ਨਹੀਂ ਹੈਗਾ। ਤੇ ਇੱਕ ਹੋਰ ਕਾਰਨ ਵੀ ਹੈ ਇਹਦਾ, ਦੇਖੋ ਜਿਵੇਂ ਤੁਹਾਨੂੰ ਦੇਖ ਕੇ ਪਤਾ ਲੱਗ, ਕੈਮਰੇ ਮੁਰੇ ਦੀ ਅੱਖ ਛੋਟੀ ਹੋ ਜਾਂਦੀ ਹੈ, ਉਹੀ ਦੀ ਅੱਖ ਬਰਾਬਰ ਆ, ਬਟ ਪਤਾ ਨਹੀਂ ਕੈਮਰੇ ਮੁਰੇ ਕਈ ਵਾਰ ਦਸਤਾਰ ਕਿੱਥੋਂ ਪਤਾ ਨਹੀਂ ਕੀ ਚੱਕਰ ਹੈ, ਇਹਦੀ ਕੈਮਰੇ ਮੁਰੇ ਅੱਖ ਛੋਟੀ, ਜਿੰਨਾ ਇਹਨੂੰ ਮੈਨੂੰ ਕਹਿ ਦੂੰਗਾ ਵੀ ਤੇਰੀ ਅੱਖ ਛੋਟੀ, ਇਹਦੀ ਹੋਰ ਛੋਟੀ ਹੋਈ ਜਾਣੀ ਆ ਪ੍ਰੈਸ਼ਰ ਲੈ ਜਾਂਦੀ ਹੈ ਵਾਲਾ। ਦੂਜੀ ਗੱਲ ਇਹ ਆ ਜੀ ਵੀ ਗਰਮੀ ਬਾਹਲੀ ਜ਼ਿਆਦਾ ਤੇ ਮੈਨੂੰ ਮਤਲਬ ਸਰਵਾਈਕਲ ਦੀ ਪ੍ਰੋਬਲਮ ਆ, ਤੇ ਮੇਰੇ ਤੋਂ ਵੱਡੀ ਦਸਤਾਰ ਆ ਜਿਹੜੀ ਇਹ ਜ਼ਿਆਦਾ ਰੱਖ ਨਹੀਂ ਹੁੰਦੀ, ਵੀ ਖਿੱਚ ਪੈਂਦੀ ਰਹਿੰਦੀ ਆ, ਕੰਮ ਕਰਦੇ ਟਾਈਮ ਨਹੀਂ ਰੱਖ ਹੁੰਦੀ ਮਤਲਬ, ਤੇ ਤਾਂ ਕਰਕੇ ਮੈਂ ਜਿਹੜੀ ਛੋਟੀ ਕੇਸਕੀ ਆ ਉਹੀ ਰੱਖਦੀ ਹੁੰਦੀ ਹਾਂ ਘਰੇ, ਤੇ ਫਿਰ ਜਦੋਂ ਵੀਡੀਓ ਦੇ ਵਿੱਚ ਆਉਂਦੇ ਆ ਉਹ ਕੇਸਕੀ ਦੇ ਨਾਲ ਇੰਨਾ ਵਧੀਆ ਜਿਹਾ ਨਹੀਂ ਲੱਗਦਾ, ਤਾਂ ਕਰਕੇ ਮੈਂ ਉਹ ਆਈਡੀ ਕਰਦੀ ਹਾਂ। ਚਲੋ ਜੀ ਹੁਣ ਆਪਾਂ ਇਹਨੂੰ ਰੱਖਦੇ ਹਾਂ ਅੱਗੇ ਠੰਡਾ ਹੋਣ ਦੇ ਲਈ। ਸਮੈਲ ਬਾਲੀ ਰੂਹਾਂ 'ਚ ਪਿਆ ਹੈ, ਖੁਸ਼ਬੂ ਖੁਸ਼ਬੂ ਜ਼ਿਆਦਾ, ਫਲੇਵਰ ਅਰੋਮਾ ਫ੍ਰੈਗਰੈਂਸ, ਹਾਂ ਕੀ ਕਹਿੰਦੇ ਨੇ, ਫਲੂਦਾ ਹੈ, ਫਲੂਦਾ ਫਲੂਦਾ, ਅੱਛਾ ਉਹ ਜਿਹੜਾ ਠੰਡਾ ਕਰਕੇ ਤਾਂ ਸਵਾਦ ਲੱਗੂ। ਹਾਂ ਹਾਂ ਇਹਨੂੰ ਹੁਣ ਠੰਡਾ ਰੱਖਣਾ, ਆਪਾਂ ਥੋੜੇ ਲੇਟ ਚੱਲ ਰਹੇ ਹਾਂ। ਇਹਨੂੰ ਤਾਂ ਸੇਮੀਆਂ ਪਾਈਆਂ ਨੇ, ਕੀ ਪਾਇਆ? ਫਲੂਦਾ ਬਣਿਆ ਬਣਿਆ ਲੈਂਦਾ ਆਪਾਂ, ਓ ਕਿਹੜਾ ਵੀ ਇੰਨਾ ਮੱਥਾ ਮਾਰੂਗਾ, ਬਣਿਆ ਬਣਿਆ ਰਹਿਣ ਠੰਡਾ ਕਰਕੇ, ਬਾਕੀ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਪਾਉਣੀਆਂ ਨੇ ਬਾਅਦ ਚੋਂ ਦਿਖਾਉਂਦੇ ਆਪਾਂ ਕੀ ਪਾਉਣਾ ਇਹਦੇ ਵਿੱਚ। ਬਾਕੀ ਜੀ ਮੈਂ ਵੀ ਇੱਕ ਵੀਡੀਓ ਬਣਾ ਕੇ ਆਇਆ ਵਾਂ, ਪਰ ਇਹ YouTube ਦੇ ਉੱਤੇ ਕਿੰਨੇ ਪੈਸੇ ਹੁੰਦੇ ਕਾਫੀ ਲੋਕ ਪੁੱਛਦੇ ਰਹਿੰਦੇ ਆ। ਟੈਕ ਮਨਿੰਦਰ ਚੈਨਲ ਦਾ ਨਾਮ ਆ, ਤੁਸੀਂ ਜਾ ਕੇ ਜ਼ਰੂਰ ਦੇਖੋ, ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ। ਅੱਜ ਦਾ ਮੈਂ ਸਾਰਾ ਦਿਨ ਹੀ ਸੌਂਕ ਕੇ ਕੱਢਿਆ, ਸੋ ਕੱਲ੍ਹ ਵਲੌਗ ਨਹੀਂ ਆਊਗਾ, ਜਦ ਪਤਾ ਨਹੀਂ ਵੀਡੀਓ ਕਦੋਂ ਆਊਗੀ ਮੈਨੂੰ, ਪਰ ਤੁਸੀਂ ਟੈਕ ਮਨਿੰਦਰ ਵਾਲੀ ਵੀਡੀਓ ਸਾਡੇ ਜ਼ਰੂਰ ਦੇਖਿਓ। ਥੈਂਕ ਯੂ। ਹੁਣ ਆਪਾਂ ਇਹਨੂੰ ਰੱਖਦੇ ਹਾਂ ਠੰਡਾ ਹੋਣਾ, ਸਿੰਕ ਦੇ ਵਿੱਚ ਪਾਣੀ ਰੋਕ ਕੇ, ਅਤੇ ਉਹ ਤੋਂ ਬਾਅਦ ਇਹਨੂੰ ਰੱਖਾਂਗੇ ਫਰਿੱਜ ਦੇ ਵਿੱਚ, ਅਤੇ ਹੋਪ ਕਰਾਂਗੇ ਲਾਈਟ ਨਾ ਭੱਜੇ ਅਤੇ ਜਲਦੀ ਤੋਂ ਜਲਦੀ ਠੰਡਾ ਹੋ ਜਾਵੇ। ਛੇਤੀ ਠੰਡਾ ਕਰਨ ਲਈ ਆਪਾਂ ਇਹਦੇ ਵਿੱਚ ਪਾ ਦਈ ਬਰਫ਼, ਮੈਂ ਕਹਿੰਦਾ ਜੇ ਬਰਫ਼ ਨੂੰ ਤੋੜ ਲਈਏ ਫਿਰ ਹੋਰ ਛੇਤੀ ਠੰਡਾ ਕਰ ਦੂਗੀ। ਬਾਕੀ ਯਾਰ ਦੇਖ ਲਓ, ਕਈ ਵਾਰ ਬੰਦਿਆਂ ਨੂੰ ਜਿੰਨਾ ਮਰਜ਼ੀ ਕਹਿ ਲਈਏ ਕੋਈ ਧਿਆਨ ਨਹੀਂ ਮੰਨਦਾ ਹੈਗਾ, ਹੁਣ ਤੁਹਾਨੂੰ ਕਿਹਾ ਸੀਗਾ ਵੀ ਚੈਨਲ ਸਬਸਕ੍ਰਾਈਬ ਕੀਤਾ, ਕੀਤਾ ਤੁਸੀਂ ਟੈਕ ਮਨਿੰਦਰ ਚੈਨਲ ਆ ਜੀ ਮਸ਼ਹੂਰੀਆਂ ਵਾਲੇ ਪ੍ਰੀਤੀ ਪ੍ਰਮੋਸ਼ਨ ਤੇ ਸਾਡੇ
ਸਾਡੀ ਵੀਡੀਓ ਦੇ ਵਿੱਚ ਮਸ਼ਹੂਰੀਆਂ ਜੀਆਂ ਆ ਰਹੀਆਂ ਨੇ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਹੈਗੇ ਕਹਿੰਦੇ ਵੱਡੇ ਵੀਰ ਜੀ ਨੇ ਅਸੀਂ ਕੁਝ ਕਹਿ ਨਹੀਂ ਸਕਦੇ ਜੇ ਤੁਸੀਂ ਚਾਹੁੰਦੇ ਹੋ ਵੀ ਅੱਗੇ ਤੋਂ ਮਸ਼ਹੂਰੀਆਂ ਨਾ ਆਣ ਸਬਸਕ੍ਰਾਈਬ ਤੱਕ ਮਨਿੰਦਰ ਸਿੰਘ ਜਲਦੀ ਇੱਕ ਤੱਕ ਸਬਸਕ੍ਰਾਈਬਰ ਪੂਰੇ ਕਰੋ ਜਲਦੀ ਇੱਕ ਬਹੁਤ ਹੋਊਗਾ ਠੀਕ ਹੈ ਹੋਰ ਵਾਰੀ ਹੋਰ ਪਾ ਦਿੰਦੇ ਹਾਂ ਇੱਕ ਵੱਡਾ ਬਹੁਤ ਆਣਾ ਕਿ ਛੋਟਾ ਚਾਹੀਦਾ ਵਾ ਵੀਰ ਭਾਂਡੇ ਮਾਂਜਣੇ ਔਖੇ ਨੋ ਜੀ ਥੋੜੀ ਹੋਰ ਵਾਰ ਪਾ ਲਈ ਹੁਣ ਬਸ ਇਹਨੂੰ ਰੱਖ ਕੇ ਆਪਾਂ ਹੋਪ ਕਰਨੀ ਆ ਵੀ ਲਾਈਟ ਨਾ ਭੱਜੇ ਤੇ ਰਾਤੋਂ ਰਾਤ ਇਹ ਹੁਣ ਰਾਤੋਂ ਰਾਤ ਨਹੀਂ 3-4 ਘੰਟੇ ਠੰਡਾ ਹੋ ਜਾਵੇ ਤੇ ਰਾਤ ਨੂੰ ਇਹ ਫੇਰ ਪੀ ਕੀ ਸੰਗੇ ਲੂਦਾ ਜੀ ਆਪਣਾ ਠੰਡਾ ਹੋ ਗਿਆ ਤੇ ਆਪਾਂ ਹੁਣ ਇਹਨੂੰ ਗਲਾਸ ਦੇ ਵਿੱਚ ਪਾਵਾਂਗੇ ਤੇ ਜਿਹੜੀ ਆ ਵਾਲੀ ਆਈਸਕ੍ਰੀਮ ਸੀਗੀ ਇਹ ਜਮਾਈ ਸੀਗੀ ਘਰੇ ਜਮਾਈ ਸੀਗੀ ਇਹ ਆਪਾਂ ਵਰਤਾਂਗੇ ਜੇ ਤੁਸੀਂ ਬਾਜ਼ਾਰ ਤੋਂ ਲੈ ਕੇ ਆਉਣੀ ਆ ਤਾਂ ਬਾਜ਼ਾਰ ਤੋਂ ਵੀ ਲੈ ਕੇ ਆ ਸਕਦੇ ਹੋ ਉਹ ਵਿਪਿੰਗ ਕਰੀਮ ਦੀ ਬਣੀ ਹੁੰਦੀ ਆ ਇਹ ਕਸਟਰਡ ਵਾਲੀ ਆ ਹੁਣ ਜੀ ਆਪਾਂ ਆਈਸਕ੍ਰੀਮ ਪਾ ਦਿੰਦੇ ਹਾਂ ਇਹਦੇ ਵਿੱਚ ਉੱਪਰ ਪਾਵਾਂਗੇ ਥੋੜ੍ਹੀ ਕੁ ਟੂਟੀ ਫਰੂਟੀ ਇਸੇ ਤਰ੍ਹਾਂ ਆਪਾਂ ਸਾਰੇ ਗਲਾਸ ਆ ਜਿਹੜੇ ਉਹ ਤਿਆਰ ਕਰ ਲੈਂਦੇ ਹਾਂ ਸੋ ਗਲਾਸ ਆਪਣੇ ਰੈਡੀ ਨੇ ਜੀ ਚਮਚੇ ਵਿੱਚ ਰੱਖਤੇ ਤੇ ਉੱਧਰ ਬੰਦੇ ਵੀ ਰੈਡੀ ਨੇ ਤੇ ਹੁਣ ਖਾ ਕੇ ਦੇਖਦੇ ਹਾਂ ਕੀ ਬਣਿਆ ਸੋਹਣੇ ਤਾਂ ਬਹੁਤ ਲੱਗਦਾ ਦੇਖਣ ਨੂੰ ਟੂਟੀ ਫਰੂਟੀ ਆਈਸਕ੍ਰੀਮ ਯੈਲੋ ਯੈਲੋ ਇਹਦੇ ਵਿੱਚ ਤੁਸੀਂ ਹੋਰ ਵੀ ਚੀਜ਼ਾਂ ਪਾ ਸਕਦੇ ਹੋ ਅਸੀਂ ਪਾਈਆਂ ਨਹੀਂ ਹੈਗੀਆਂ ਜਿਵੇਂ ਮੈਂਗੋ ਪਾ ਸਕਦੇ ਹਾਂ ਕੋਈ ਹੋਰ ਫਰੂਟ ਪਾ ਸਕਦੇ ਹਾਂ ਚੀਜ਼ਾਂ ਪਾ ਸਕਦੇ ਹਾਂ ਬਟ ਮੈਂ ਚਾਹੁੰਦਾ ਸੀ ਪਾਉਣੇ ਆ ਬਟ ਮੈਂ ਕਹਿੰਦੀ ਨਹੀਂ ਇਹ 'ਚ ਪਾਈ ਦੇਣੇ ਹੁੰਦੇ ਹੈਗੇ ਸੋ ਇਸ ਲਈ ਨਹੀਂ ਪਾਏ ਗਏ ਹੈਗੇ ਉਹਨਾਂ ਦੀ ਕਹਿੰਦੇ ਨਵੀਂ ਚੀਜ਼ ਬਣਾਵਾਂਗੇ ਆਪਾਂ ਅਤੇ ਉਹ ਫਿਰ ਦੇਖਦੇ ਹਾਂ ਕਦੋਂ ਬਣੂਗੀ ਆਈਸਕ੍ਰੀਮ ਵੀ ਪਾਈ ਹੋਈ ਆ ਆਈਸਕ੍ਰੀਮ ਜਮਾਈ ਹੋਈ ਸੀਗੀ ਕਸਟਰਡ ਵਾਲੀ ਉਹੀ ਪਾਤੀ ਫਿਰ ਠੰਡਾ ਹੋ ਗਿਆ ਪੂਰਾ ਠੰਡੇ ਦਾ ਸੀਗਾ ਡਰ ਵੀ ਠੰਡਾ ਹੋ ਜਾਊਗਾ ਕਿ ਨਹੀਂ ਪੂਰਾ ਮਿੱਠਾ ਵਾ ਪੂਰਾ ਮਿੱਠਾ ਚ ਪਾਇਆ ਨਹੀਂ ਹੈ ਉਹ ਪੈਕਟ ਦੇ ਵਿੱਚ ਪੂਰਾ ਇੰਟੈਂਸ ਮਿੱਠਾ ਪਾ ਕੇ ਦਿੰਦੇ ਨੇ ਪੂਰਾ ਮਿੱਠਾ ਹੈ ਪੂਰਾ ਆਈਸਕ੍ਰੀਮ ਆਈਸਕ੍ਰੀਮ ਵੀ ਪਾਈ ਫਿਰ ਮਿੱਠੀ ਟੂਟੀ ਫਰੂਟੀ ਵੀ ਪੈ ਗਈ ਮਿੱਠੀ ਟੂਟੀ ਫਰੂਟੀ ਆਪਾਂ ਤਾਂ ਚੈਰੀ ਹੋ ਗਏ ਚੈਰੀ ਹੁੰਦਾ ਚੈਰੀ ਤੇ ਉਹ ਪੈਕ ਦੇ ਵਿੱਚ ਮੈਂ ਪੜਿਆ ਸੀ ਕੈਲਰੀਜ਼ ਬਹੁਤ ਨੇ ਇਹਦੇ ਵਿੱਚ ਬਹੁਤ ਹੀ ਸਵਾਦ ਆ ਲਾਜਵਾਬ ਜਮਾ ਯਾਰ ਜਿਵੇਂ ਅਸਲੀ ਹੁੰਦਾ ਦੁਕਾਨ ਵਾਲਾ ਉਹਨਾਂ ਸਵਾਦ ਹਾਂ ਬਸ ਉਹ ਕੱਪ ਜਿਹਾ ਹੋਰ ਹੁੰਦਾ ਵੱਡਾ ਜਿਹਾ ਹੁੰਦਾ ਮੈਨੂੰ ਐਂ ਲੱਗੀ ਜਾਂਦਾ ਵੀ ਇਹ ਘੱਟ ਕੱਟ ਦਾ ਪਤਾ ਕੀ ਚੱਕਰ ਆ ਉਹ ਪੈ ਕੇ ਛੋਟਾ ਵਾ ਉਹ ਕਹਿੰਦੇ ਸੀ 6 ਗਲਾਸ ਬਣਨਗੇ ਆਪਣੇ 5 ਹੀ ਬਣੇ ਨੇ ਉਹ ਤਾਂ ਆਪਣੇ ਗਲਾਸ ਬੜੇ ਹੋਣੇ ਨੇ ਗਲਾਸ ਬੜੇ ਨੇ ਜੋ ਮਰਜ਼ੀ ਕਹਿ ਲਓ ਆਪਣੇ 5 ਹੀ ਬਣੇ ਨੇ ਅਗਲੀ ਵਾਰ ਜੇ ਬਣਾਵਾਂਗੇ ਫਿਰ 2 ਪੈਕਟਾਂ ਦਾ ਬਣਾਵਾਂਗੇ ਪੂਰਾ ਵਰਥ ਇਟ ਆ ਬਾਹਲਾ ਮੈਨੂੰ ਨਹੀਂ ਪਤਾ ਲੱਗਿਆ ਮੈਨੂੰ ਨਹੀਂ ਪਤਾ ਇਹ ਦੀ ਘੈਂਟ ਗੱਲ ਪਤਾ ਕੀ ਆ ਇਹ 50 ਰੁਪਏ ਦਾ ਆ ਜਾਂਦਾ ਵਾ ਤੇ 31 ਜੁਲਾਈ ਤੱਕ ਇਹਦੇ ਉੱਤੇ ਆਫਰ ਚੱਲ ਰਿਹਾ ਵਾ 25 ਰੁਪਏ ਤੁਹਾਨੂੰ ਜੇ ਤੁਹਾਡੇ ਕੋਲ ਏਅਰਟੈਲ ਦਾ ਸਿਮ ਆ ਤੁਹਾਡੇ 25 ਅਕਾਊਂਟ 'ਚ ਆ ਜਾਂਦੇ ਨੇ ਇਹ ਕੋਈ ਚੱਕਰ ਆ ਹਾਂ ਜੇ ਤੁਹਾਡੇ ਕੋਲ ਏਅਰਟੈਲ ਦਾ ਸਿਮ ਆ ਮੈਨੂੰ ਨਹੀਂ ਪਤਾ ਕਿ ਸ਼ਰਨ ਕਿਉਂ ਪੈਕਟ 'ਚ ਕੀ ਆਉਂਦਾ ਜੀ ਮੈਂ ਨਾ ਮੈਂ ਵੀ ਸੌਰੀ ਸ਼ਰਨ ਮੈਂ ਕਿ ਕੁਝ ਨਾ ਉਹਨੇ ਮਨੀ ਡੈਡੀ ਸ਼ਰਨ ਮੈਂ ਕਿ ਕੋਈ ਨਾਮ ਕਿੱਥੇ ਨੇ ਮਨੀ ਰਵੀ ਮੰਨਿਆ ਇੱਕੋ ਜਿਹਾ ਨਾਮ ਨੇ ਮਨੀ ਰਵੀ ਇੱਕੋ ਜਿਹਾ ਨਾਮ ਨੇ ਸ਼ਰਨ ਤੇ ਮੈਂ ਕਿ ਨਹੀਂ ਹੈਗੇ ਇੱਕੋ ਜਿਹਾ ਨਾਮ ਬਹੁਤ ਬਹੁਤ ਮਨਰਾਜ ਨਾਲ ਵਿਚਾਰ ਨਾਲ ਇੱਕ ਥੋੜ੍ਹੀ ਜਿਹੀ ਦੁਰਘਟਨਾ ਘਟ ਗਈ ਹਾਲਾਂਕਿ ਉਹ ਨੁਕਸਾਨ ਨਹੀਂ ਹੋਇਆ ਕਿਸੇ ਦਾ ਕੀ ਹੋ ਗਿਆ ਬਸ ਜੀ ਨਾ ਹੀ ਪੁੱਛੋ ਡੈਡੀ ਕਿਉਂ ਜਖਮਾਂ ਦੇ ਨੂਣ ਛਿੜਕਣਾ ਤੁਸੀਂ ਹੁਣ ਵਿਚਾਰੇ ਨਹੀਂ ਹੁਣ ਮਨਰਾਜ ਨੇ ਬੈਠਾ ਹੋਣਾ ਸੀ ਸਟਾਈਲ ਨਾਲ ਇਹਦੀਆਂ ਇੰਸਟਾਗ੍ਰਾਮ ਤੇ ਨਵੀਆਂ ਸਟੋਰੀਆਂ ਪੈਣੀਆਂ ਸੀਗੀਆਂ ਕਿੰਨਾ ਕੁਛ ਹੋਣਾ ਸੀਗਾ ਬਟ ਵਿਚਾਰੇ ਦਾ ਪਲਾਨ ਹੀ ਕੈਨਸਲ ਕਰਤਾ ਕਿਹਦੇ ਗੋਡਸ ਪਲਾਨ ਫੋਨ ਹੋ ਗਿਆ ਸੀ ਨਾ ਸਵਿਮਿੰਗ ਪੂਲ ਚ ਖਰਾਬ ਕਿ ਐਂ ਬਣ ਗਿਆ ਸੀਗਾ ਫਿਰ ਅਸੀਂ ਇੱਕ ਆਰਡਰ ਕਰਤਾ ਸੀ ਬੈਠੇ ਬੈਠੇ ਫੋਨ ਸੀਗਾ ਤੇਰੇ ਨੂੰ ਫੋਨ ਲੈ ਦਿੰਦੇ ਹੋਰ OnePlus ਦਾ ਜਿਹੜਾ ਨਵਾਂ ਆਇਆ ਸੀ ਨਵਾਂ ਕੀਤਾ ਸੀ OnePlus ਦਾ ਨਵਾਂ ਜਿਹੜਾ ਨਾ ਅਸੀਂ ਕਿਹਾ ਵੀ ਉਹ ਕਹਿੰਦਾ ਵੀ ਫੋਨ ਤੁਹਾਡਾ ਪਹੁੰਚ ਗਿਆ ਲੁਧਿਆਣੇ ਸ਼ਿਪ ਕਰਤਾ ਸੀ ਹੁਣ ਪਹੁੰਚ ਗਿਆ ਉਹਦੇ ਹੁਣ ਪਹੁੰਚ ਗਿਆ ਲੁਧਿਆਣੇ ਕਹਿੰਦੇ ਕੱਲ ਨੂੰ ਡਿਲੀਵਰ ਕਰਾਂਗੇ ਜਦੋਂ ਫਿਰ ਉੱਤੇ ਕਹਿੰਦੇ ਅਸੀਂ ਕੈਨਸਲ ਕਰ ਦਾਂਗੇ ਕਹਿੰਦੇ ਤੁਹਾਡੇ ਪੈਸੇ ਵਾਪਸ ਆ ਜਾਣਗੇ ਆਰਡਰ ਤੁਹਾਡਾ ਕੈਨਸਲ ਹੈ ਸੋਲਡ ਆਊਟ ਹੋਇਆ OnePlus ਦੇ ਫੋਨ 6 ਦੀ ਅਸੀਂ ਕਿਹਾ ਚਲੋ ਵਧੀਆ ਆਰਡਰ ਹੋ ਗਿਆ ਹੁਣ ਠੀਕ ਆ ਨਾ ਵੀ ਮੈਂ ਕਿਹਨੇ ਕੋਈ ਆਰਡਰ ਕੀਤੇ ਸੀ ਜੇ CE ਜਿਹੜਾ ਨਵਾਂ ਆਇਆ ਲੇਟੈਸਟ ਆਇਆ 5G ਜਿਹੜਾ ਵੀ ਬ੍ਰਾਂਡ ਨਹੀਂ ਹੋਇਆ ਨਵਾਂ ਇਹ ਲੋਕ ਦਾ ਜਿਆਦਾ ਦੁੱਖ ਮੈਨੂੰ ਇਹਦਾ ਹੋਇਆ ਕਿਉਂਕਿ ਮੇਰਾ ਫੋਨ ਚੱਕੀ ਫਿਰਦਾ ਡੈਡੀ ਵਾਲਾ ਫੋਨ ਉਹਦੇ ਕੋਲ ਮਨਰਾਜ ਕੋਲ ਤਾਂ ਹੀ ਮਨਰਾਜ ਵਿਚਾਰਾ ਮੂੰਹ ਦੇਖੋ ਕਿਵੇਂ ਆ ਪਿਆ ਜਾਂ ਬੰਦਾ ਅੰਦਰੋਂ ਨਾ ਖੁਸ਼ ਹੋਵੇ ਫਿਰ ਜਿੰਨੇ ਮਰਜ਼ੀ ਵਾਲ ਵਾ ਲੈ ਫਿਰ ਉਹ ਗੱਲ ਨਹੀਂ ਬਣਦੀ ਕਿਵੇਂ ਲੱਗਿਆ ਮਨਰਾਜ ਤੈਨੂੰ ਥੋੜ੍ਹਾ ਮੇਰੇ ਕੋਲ ਹਾਂਜੀ ਜਿੰਨਾ ਮੁੱਕੀ ਜਾਂਦਾ ਉਨਾ ਹੀ ਦਿਲ ਹੋਈ ਜਾਂਦਾ ਵੀ ਹੋਰ ਹੋ ਗਿਆ ਬਹੁਤ ਸਵਾਦ ਆ ਜਿਹੜਾ ਵੀ ਸੀਗਾ ਦੋ ਵਜੇ ਮੁੰਡੂ ਪਲੱਸ ਜਿਹੜੀ ਆਈਸਕ੍ਰੀਮ ਸੀਗੀ ਟੂਟੀ ਫਰੂਟੀ ਸੀਗੀ
ਤੁਸੀਂ ਦੇਖਿਆ ਹੋਣਾ ਜਿਹੜੀ ਆਪਾਂ ਬ੍ਰੈਡ ਪਕੌੜੇ ਪਨੀਰ ਆਲੂ ਵਾਲੀ ਸੈਂਡਵਿਚ ਵਾਲੀ ਵੀਡੀਓ ਸੀ, ਉਹਦੇ ਵਿੱਚ ਰਾਜਦੀਪ ਆਪਣਾ ਗੁੱਸੇ ਹੋ ਗਿਆ ਸੀ, ਇਸ ਲਈ ਅੱਜ ਰਾਜਦੀਪ ਤਾਂ ਆਏ ਨਹੀਂ, ਉਹਦੀ ਭੈਣ ਆ ਗਈ ਤੇ ਆਈ ਥੋੜੀ ਜਿਹੀ ਲੇਟ ਆ, ਬਿਜ਼ੀ ਸੀ। ਕਿਵੇਂ ਲੱਗਿਆ ਤੈਨੂੰ ਬਈ? ਸਵਾਦ ਆ, ਵਧੀਆ ਲੱਗਿਆ। ਰਾਜਦੀਪ ਦੀ ਭੈਣ ਦਿੱਲੀੋਂ ਆ ਰਹੀ ਸੀਗੀ, ਉਹਨੂੰ ਪਤਾ ਨਹੀਂ ਲੱਗਿਆ ਪੁਲਾਂ ਦੇ ਕਰਕੇ ਜੀ ਟੀ ਰੋਡ ਕਰਕੇ ਲੁਧਰਾ ਉਤਰਨਾ ਸੀਗਾ ਲੁਧਿਆਣੇ ਚ, ਉਹ ਤਾਂ ਮੈਂ ਗੱਡੀ 'ਚ ਲੈ ਕੇ ਆਇਆ ਪਿਆ। ਰਾਜਦੀਪ ਤੁਹਾਡਾ ਬੜਾ ਗੁੱਸੇ ਹੋ ਜਾਂਦਾ, ਕੀ ਚੱਕਰ ਆ ਭਾਈ? ਹੈਂ, ਤੈਨੂੰ ਤਾਂ ਨਹੀਂ ਆਉਂਦਾ ਗੁੱਸਾ? ਆਈਸਕ੍ਰੀਮ ਖਾ ਕੇ ਮੈਂ ਠੰਡੀ ਹੋ ਜਾਣਾ ਇਹਨੇ। ਤੇ ਜੀ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ, ਟਾਈਮ ਵੀ ਕਾਫੀ ਹੋ ਗਿਆ, ਲੇਟ ਹੋ ਗਿਆ ਤੇ ਠੰਡੇ ਕਰਨ ਦੇ ਚੱਕਰ ਦੇ ਵਿੱਚ ਲੇਟ ਹੋ ਗਏ ਸੀ ਥੋੜ੍ਹੇ ਜਿਹੇ। ਤੇ ਤੁਹਾਨੂੰ ਸਾਰਿਆਂ ਨੂੰ ਗੁੱਡ ਨਾਈਟ, ਖਿਆਲ ਰੱਖਿਓ ਆਪਣਾ, ਬਾਏ ਬਾਏ ਕਰਦੇ ਪੁੱਤਰੀ, ਬਾਏ ਬਾਏ।